ਪਾ ਬੋਲੀ ਸੋਹਣ ਆਵੇ ਚੱਟੀ ਨੱਚਦੀ ਪਟੋਲਾ ਬਣ ਕੇ ਤੇਰੇ ਪਿੱਛੇ ਮੇਰੀ ਬੇਨਤੀ ਹੈ ਜਾ ਸਕੂਟੀ ਸਿੱਖੋ ਕੋ ਗੱਡੀ ਸਿੱਖੋ ਸੋਨੂੰ ਕੋ ਜੇ ਮੈਨੂੰ ਅੱਧਾ ਗੱਡਾ ਘੱਟ ਦੇ ਲੈ ਕਿਤੇ ਨਹੀਂ ਕੁਝ ਚੱਲਾ ਤੂੰ ਜਾ ਕੇ ਸਕੂਟਰ ਸਕਟਰੀ ਸਿੱਖ ਮਰੇ ਨਵਾ ਹੀੜਾ ਮਾਲਾ ਲਾ ਲੋ ਕਹਿੰਦੀ ਵੇਚ ਕੇ ਬੋਲਟ ਤੁਸੀਂ ਆ ਮਾਲਾ ਲਾ ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਬੈਕ ਟੂ ਦ ਸੈਕੰਡ ਸੈਗਮੈਂਟ ਆਫ ਬ੍ਰਿਟੇਸ਼ੀਆ ਵਿਦ ਅਮੀਪੇਰ ਸੋ ਅਗਲਾ ਜਿਹੜਾ ਸਾਡਾ ਸੈਗਮੈਂਟ ਆ ਉਹਦੇ ਵਿੱਚ ਥੋੜੇ ਜਿਹਾ ਸਵਾਲ ਹਟਕੇ ਹੋਣਗੇ ਸੋ ਥੋੜੀ ਜੀ థాంਕ ਗੋਡ ਮੇਰੇ ਭਾਈ ਨੇ ਵੀ ਮਤਲਬ ਸincere ਜਿਹਾ ਕੀਤਾ ਸੀ ਜੀ 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 ਨਹੀਂ ਤੇ ਬਹੁਤੇ ਆ ਗਏ ਆ ਕਹਿੰਦੇ ਚਾ ਕੀ ਕਰਨਾ ਚਾਹੋਗੇ ਆਪਣੀ ਫਿਲਮ ਬਾਰੇ ਮੇਰਾ ਗੋਨਨ ਸਵਾ ਤੋਂ ਹੀ ਕੀ ਪੁੱਛਣਾ ਚਾਹੋਗੇ ਮੇਰੀ ਫਿਲਮ ਬਾਰੇ ਹਾਂ ਤੇ ਦੱਸੋ ਫਿਲਮ ਦੇ ਵਿੱਚ ਕੀ ਮੈਸੇਜ ਹੈ ਮੈਂ ਤੁਹੀਂ ਗੁਰੂ ਘਰੋਂ ਮਸੀਤੋਂ ਉੱਥੋਂ ਤੋਂ ਹੀ ਮੈਸੇਜ ਲੈਣਾ ਨਹੀਂ ਫਿਲਮਾਂ 'ਚ ਮੈਸੇਜ ਨਹੀਂ ਤੇ ਪਰ ਫਿਰ ਵੀ ਸਾਡੀ ਫਿਲਮ ਦੇ ਵਿੱਚ ਮੈਸੇਜ ਹੈਗਾ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਹੋਪਫੁਲੀ ਜਿਹੜੇ ਮੈਂ ਤੁਹਾਡੇ ਲਈ ਸਵਾਲ ਲੈ ਕੇ ਆਈਆਂ ਇਹ ਥੋੜੇ ਹਟਕੇ ਹੋਣ ਤੇ ਥੋੜਾ ਤੁਸੀਂ ਇੰਜੋਏ ਵੀ ਕਰੋ ਕਿਉਂਕਿ ਅੱਜ ਅਸੀਂ ਇਹੀ ਚਾਹਨੀ ਹਾਂ ਜੀ ਜੀ ਸੋ ਇਹ ਥੋੜੇ ਰੈਪਿਡ ਫਾਇਰ ਵਾਂਗੂ ਕੁਐਸਚਨਸ ਹੋਣਗੇ ਜਿੱਦਾਂ ਤੁਸੀਂ ਇੱਕ ਜਵਾਬ ਦੇ ਵਿੱਚ ਵੀ ਆਨਸਰ ਦੇ ਸਕਦੇ ਹੋ ਬਾਅਦ ਵਿੱਚ ਦੇ ਸਕਦੇ ਪਰ ਛੇਤੀ ਦੇਣਾ ਹੈ ਮੈਨੂੰ ਡਿਟੇਲ ਦੇ ਵਿੱਚ ਆਨਸਰ ਕਰਨ ਦਾ ਸੱਜਾ ਦਾ ਸਵਾਲ ਹੋਣਾ ਤੇ ਠੀਕ ਹੈ ਜੀ ਤੁਸੀਂ ਵੀ ਦੇਵਾਂਗਾ ਨਾ ਠੀਕ ਹੈ ਜੀ ਤੁਸੀਂ ਆਪਣਾ ਟਾਈਮ ਲੈ ਸਕਦੇ ਹੋ ਸੋ ਮੇਰਾ ਪਹਿਲਾ ਸਵਾਲ ਹੈ ਇਹਨਾਂ ਕੰਮਾਂ ਲਈ ਤੁਸੀਂ ਇੰਡਸਟਰੀ ਵਿੱਚ ਕਿਹਨਾਂ ਨੂੰ ਫੋਨ ਕਰੋਗੇ ਸੋ ਮੈਂ ਤੁਹਾਨੂੰ ਕੁਝ ਕੰਮ ਦੱਸਾਂਗੀ ਜਿਨ੍ਹਾਂ ਵਾਸਤੇ ਤੁਸੀਂ ਚੁਗਲੀਆਂ ਚੁਗਲੀਆਂ ਵਰਡ ਜ਼ਰੂਰ ਰੱਖੋ ਵਿੱਚ ਮੈਨੂੰ ਲੱਗਦਾ ਹੈਗਾ ਚਲੋ ਸ਼ੁਰੂਆਤ ਚੁਗਲੀਆਂ ਤੋਂ ਹੀ ਕਰਦੇ ਸੋ ਚੁਗਲੀਆਂ ओके ਦੈਟਸ ਗੁੱਡ ਐਮਪੀਏ ਦਾ ਪਹਿਲਾ ਚੈਪਟਰ ਜੇ ਕੰਮ ਨਹੀਂ ਕਰਦਾ ਤੇ ਤੁਸੀਂ ਫਾਈਨੈਂਸ਼ੀਅਲ ਐਡਵਾਈਸ ਕਿਨਾਂ ਤੋਂ ਮੰਗਦੇ ਹੋ ਫਾਈਨੈਂਸ਼ੀਅਲ ਐਡਵਾਈਸ ਫਾਈਨੈਂਸ਼ੀਅਲ ਅਡਵਾਈਸ ਇਹ ਪੀਗ ਰਹੇ ਹੋ ওকে ਸਟਾਈਲਿੰਗ ਟਿਪਸ ਦਿਲਜੀਤ ਬਾਜੀ ਬਰੀ ਨਾਈਸ ਆਫਟਰ ਬ੍ਰੇਕਅਪ ਆਫਟਰ ਬ੍ਰੇਕ ਆ ਜਾਨੀ ਕੋਲੇ ਜਾਣਾ ਸੀ ਵੀਰ ਬੰਕੇ ਕੁਝ ਲਿਖਦੇ ਪਰਲੇ ਵਾਲੀ ਗੱਲ ਹੀ ਆ ਠੀਕ ਹੈ ਜੀ ਲੌਂਗ ਡਰਾਈਵ ਲੌਂਗ ਡਰਾਈਵ ਆਸਕ ਸਿਲਵਰ ਇੰਡਸਟਰੀ ਦੇ ਵਿੱਚੋਂ ਬੀਨੂ ਬਾਜੀ ਤੇ ਜਗਦੀਪ ਤੇ 뮤직 ਇੰਡਸਟਰੀ ਵਿੱਚੋਂ ਮਨਿੰਦਰ ਵਟਾਸ ਕੀ ਪਤਾ ਸੀ ਜੀ ਜੀ ਫਨੀ ਜੋਕਸ ਬੀਨੂ ਬਾਜੀ ਬੀਨੂ ਬਾਜੀ ਹੀ ਸੋ ਆਫ ਤੁਹਾਡੀ ਮਾਂ ਕਿ ਇਸ ਲਾਈਕ ਹੀ ਇਸ ਗ੍ਰੇਟ ਟਾਈਮਿੰਗ ਹਾਂ ਜੀ ਉਹ ਨਾਲ ਬਹੁਤ ਵਧੀਆ ਜਿੱਦਾਂ ਉਹ ਮੈਨੂੰ ਪਹਿਲਾਂ ਲਾਸਟ ਕੇ ਟਾਈਮ ਤੁਸੀਂ ਕਿਹਾ ਵੀ ਇੰਨੇ ਦਿਨ ਹੋ ਗਏ ਮੈਂ ਦੱਸ ਰਿਹਾ ਤੁਹਾਨੂੰ ਇੰਨੇ ਦਿਨ ਹੋ ਗਏ ਸਾਨੂੰ ਪ੍ਰਮੋਸ਼ਨ ਕਰ ਦੇਣ 20 25 ਦਿਨ ਲਿਟਰਲੀ ਮੈਂ ਤੱਕਿਆ ਨਹੀਂ ਸੀ ਅੱਜ ਉਹ ਮੇਰੇ ਕੋਲ ਹੈ ਨਹੀਂ ਤੇ ਮੈਨੂੰ ਦੁੱਖਾਂ ਜਿਹਾ ਮਹਿਸੂਸ ਹੋ ਰਹੀ ਹੈ ਮੇਰੇ ਕੋਲ ਹੈ ਨਹੀਂ ਕਿ ਇੱਥੇ ਉਹ ਬਿਕਾਜ਼ ਜੀ ਨਾਲ ਇੰਨਾ ਫਨ ਕੀਤਾ ਯੂ ਕਾਂਟ ਬੀ ਸਿੰਕ ਲਿਟਰਲੀ ਫਿਲਮ ਤੋਂ ਵੀ ਗੱਲਬਾਤ ਆਇਆ ਸਾਨੂੰ ਪ੍ਰਮੋਸ਼ਨਸ 'ਚ ਆਇਆ ਮੇਰੇ ਭਾਈ ਐਂ ਗੈਰ ਰਿਹਾ ਸੀ ਕਹਿੰਦਾ ਆਪਾਂ ਪ੍ਰਮੋਸ਼ਨਾਂ ਰੱਖ ਲੈਣੇ ਲੋਕਾਂ ਦੇ ਫਿਰ ਅਸੀਂ ਦੋੜੀਆਂ ਪ੍ਰਮੋਸ਼ਨਾਂ ਕਰਿਆ ਕਰਾਂਗੇ ਸਾਨੂੰ ਐਕਟਿੰਗ ਰਹਿਣ ਦੇ ਸਾਨੂੰ ਪ੍ਰਮੋਸ਼ਨ ਬਿੰਨੂ ਵੀ ਤੁਹਾਡੀ ਪ੍ਰੋਮੋਸ਼ਨ ਦੇ ਕੇ ਕਾਫੀ ਮਜ਼ਾ ਆਇਆ ਤੇ ਪਤਾ ਲੱਗਦਾ ਪਿਆ ਸੀ ਕਿ ਫਿਲਮ ਵਿੱਚ ਵੀ ਉਹਦੇ ਨਾਲ ਉਹ ਵੱਧ ਫਨ ਹੋਣ ਵਾਲਾ ਆ ਲਿਟਰਲੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆ ਜੀ ਠੀਕ ਆ ਜੀ ਸੋ ਆਪਣਾ ਅਗਲਾ ਸਵਾਲ ਹੈ ਜਿਵੇਂ ਕਿ ਤੁਸੀਂ ਕਿਸਮਤ ਨੂੰ ਵੀ ਕੀਤੀ ਸੀ ਜੀ ਤੇ ਜੇ ਕਿਤੇ ਐਮੀ ਵਿਰਕ ਨੂੰ ਲੋਕਾਂ ਦੀ ਕਿਸਮਤ ਲਿਖਣ ਦਾ ਮੌਕਾ ਦਿੱਤਾ ਜਾਏ ਤੇ ਤੁਸੀਂ ਇਹਨਾਂ ਦਿੱਤੇ ਨਾਮਾਂ ਦੀ ਜੋੜੀ ਕਿਹਨਾਂ ਨਾਲ ਬਣਾਉਂਗੇ ਸੋ ਮੇਰਾ ਪਹਿਲਾ ਨਾਮ ਹੈ ਸੋਨਮ ਬਾਜਵਾ ਸੋ ਉਹਨੂੰ ਬਾਇਰਦੀ ਬਣੀ ਆ ਹੁਣ ਮੈਂ ਤੈਨੂੰ ਉਹਦਾ ਕੀ ਹੱਸੂਗੀ ਤੇਰਾ ਬਣਾਵਾਗਾ ਉਹ ਚੌਂਦੀ ਆ ਫਵਾਦ ਫਵਾਦ ਖਾਨ ਜੋ ਪਾਕਿਸਤਾਨ ਦੇ ਡੈਕਟਰ ਨੇ ਉਹ ਗ੍ਰੇਡ ਡੈਕਟਰ ਨੇ ਤੇ ਉਹਨਾਂ ਦੇ ਨਾਲ ਉਹ ਜੁੜੀ ਚੌਂਦੀ ਸੀ ਉਹਦੀ ਬਣੀ ਤੇ ਮੈਂ ਤੇ ਅਰਦਾਸ ਕਰੂੰਗਾ ਵਾਪਸ ਸੁੱਖ ਰੱਖਿਓ ਤੇਰਾ ਠੀਕ ਹੈ ਜੀ ਦੇ ਜੀ ਦੋਸਾਂਝ ਤੇ ਉਹ ਜੀ ਦੋਸਾਂਝ ਤੇ ਉਹ ਜੀ ਦੋਸਾਂਝ ਦੀ ਜੋੜੀ ਨਿਰਵਾਜੋ ਨਾਈਸ ਅ ਬੱਬੂ ਮਾਨ ਬੱਬੂ ਮਾਨ ਸਾਹਿਬ ਦੀ ਜੋੜੀ ਇੱਕ ਕਮੈਂਡੀ ਨਾਲ ਆਈ ਸੀ ਉਹਨਾਂ ਦੀ ਮੂਵੀ ਹੈ ਨਾ ਉਹ ਜਿਹੜੀ ਹਸ਼ਰ ਦੇ ਵਿੱਚ ਹੀਰੋਇਨ ਸੀ ਹਸ਼ਰ ਦੇ ਵਿੱਚ ਹੀਰੋਇਨ ਸੀ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਹਾਂ ਹਾਂ ਉਹ ਮਤਲਬ ਮੂਵੀ ਬਹੁਤ ਵਧੀਆ ਸੀ ਉਹ ਜੀ 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 ਤੇ ਉਹਨਾਂ ਨਾਲ ਠੀਕ ਹੈ ਜੀ ਅ ਰਣਜੀਤ ਪਾਵਾ ਪਾਵਾ ਬਾਵਾ ਇਹ ਤਾਂ ਮੇਰੇ ਨਾਲ ਹੀ ਬਣਾਉਂਦੇ ਦੋਸ਼ ਹੋ ਰਹੀ ਹੈ ਅੱਛਾ ਬਾਵੇ ਦੀ ਕਿਤੇ ਨਾ ਬਣਾਵਾ ਜੁੜੀ ਬਾਵਾ ਕਿਹਦੇ ਨਾਲ ਵਧੀਆ ਲੱਗਦਾ ਯਾਰ ਮੇਰੇ ਮੱਚ ਆਇਆ ਮੈਂ ਕਿ ਕੁੜੀ ਦਾ ਨਾਮ ਲੈਦਾ ਵੇ ਕੁੜੀ ਮੈਨੂੰ ਕਹੇ ਤੂੰ ਮੈਨੂੰ ਬਾਵੇ ਨਾਲ ਕਰਦਾ ਮੇਰੇ ਮੱਚੋ ਬਾਵੀ ਰੋੜ ਕਿਹਦੇ ਨਾਲ ਯਾਰ ਮੈਂ ਬਾਵੀ ਨੇ ਕਿਤੇ ਪੁੱਛੀ ਹੀ ਨਹੀਂ ਹੱਡੀ ਗੱਲ ਤੇ ਬਾਵਾ ਹੁੰਦੀ ਆ ਹਾਂਜੀ ਤੇ ਬਾਵੀ ਦੀ ਜੂੜੀਰ ਕਿਹਦੇ ਨਾਲ ਬਣਾ ਸਕਦੇ ਆ ਸੋਚੋ ਸੋਚੋ ਨਹੀਂ ਨਹੀਂ ਤੇ ਪ੍ਰੋਬਲਮ ਹੋ ਜਾਣੀ ਆ ਮੇਜਰ ਪ੍ਰੋਬਲਮ ਬੀਜਰ ਫਾਇਰ ਕਰ ਚੱਲੋ ਤੁਸੀਂ ਇੱਦਾਂ ਕਰਦੇ ਅਸੀਂ ਅਗਲੇ ਨਾਮ ਤੇ ਚੱਲਦੇ ਆ ਸੋ ਨੈਕਸਟ ਹੈ ਗਿੱਪੀ ਗਰੇਵਾਲ ਜੀ ਗਿੱਪੀ ਵਰਬ ਮਾਲਕ ਦੀ ਮੇਨਾ ਭਾਬੀ ਬੜੀ ਸੁਨੱਖੀ ਲੱਦੀ ਭੈਣ ਸਾਡੀ ਚਲੋ ਇਮੇਜੀਨੇਟਿਵ ਵਾਸਤੇ ਜੀ ਆਪਾਂ ਕੋਈ ਨਾਂ ਨਾਮ ਜੋੜੀ ਤਾਂ ਇਮੇਜੀਨੇਟਿਵ ਗਿੱਪੀ ਬਾਈ ਨਾਂ ਕਿਉਂਕਿ ਇੱਥੇ ਕਿਸਮਤ ਤੁਸੀਂ ਲਿਖਤੇ ਪਏ ਹੋ اچھا ਮੈਂ ਲਿਖਣ ਦਿਆਂ ਹਾਂਜੀ ਇਹ ਆਲਰੇਡੀ ਉੱਥੇ ਤੇ ਮਤਲਬ ਕਿੰਨੇ ਵੀ ਨਿਆਣੇ ਵੀ ਸਾਡੇ ਬੱਚੇ ਭਤੀਜੇ ਸਾਡੇ ਕਿੰਨੇ ਵਧੀਆ ਨੇ ਤੇ ਉੱਥੇ ਤੇ ਮੇਰੇ ਹਿਸਾਬ ਨਾਲ ਤਾਂ ਮਿੰਨ ਦਾ ਮਤਲਬ ਭਾਬੀ ਹੋਣੀ ਵੀ ਮਿਹਨਤੀ ਵੀ ਨੇ ਸਾਰਾ ਪਰਿਵਾਰ ਕੋਲ ਇੰਨਾ ਵਾ ਮਤਲਬ ਸਮਾਈਲ ਲੈ ਕੇ ਆਉਂਦੇ ਨੇ ਸਾਰੀ ਆਪਣੇ ਸਾਰੀ ਇੰਡਸਟਰੀ ਦੇ ਫੇਸ ਤੇ ਸਾਰੇ ਸਾਰੇ ਲੋਕਾਂ ਦੇ ਫੇਸ ਤੇ ਉਹਨਾਂ ਨੂੰ ਵੇਖ ਕੇ ਸਾਰੇ ਖੁਸ਼ ਹੁੰਦੇ ਨੇ ਸੋ ਮੇਰੇ ਹਿਸਾਬ ਨਾਲ ਉਹਨਾਂ ਦਾ ਭਾਬੀ ਇਸ ਪਰਫੈਕਟ ਪਰ ਭਾਜੀ ਠੀਕ ਹੈ ਜੀ ਸੋ ਲਾਸਟ ਬਟ ਨਾਟ ਦ ਲੀਸਟ ਐਮੀ ਬਿਰਗ ਮੈਂ ਜੀ ਕਈ ਕੁੜੀਆਂ ਜਾਨਣਾ ਚਾਹਦੀ ਕਿ ਤੁਸੀਂ ਮੇਰੀ ਕਿਸਮਤ ਜੇ ਮੈਂ ਆਪ ਲਿਖੂਗਾ ਤਾਂ ਮੈਂ ਆਪ ਦੀ ਲਿਖੀ ਲਈ ਜੀ ਹਾਂ ਜੀ ਉਹ ਮੈਂ ਲੈ ਲਈ ਰਿਹਾ ਇਜ਼ੀ ਹੋਊ ਪਰ ਉਦਾਂ ਇਮੇਜਿਨੇਟਿਵ ਜੇ ਤੁਸੀਂ ਆਪਣਾ ਨਾਮ ਕਿਸੇ ਨਾਲ ਜੋੜ ਦਿੱਤੇ ਕਿਹਨਾਂ ਨਾਲ ਜੋੜਦੇ ਤੇ ਲਮੀ ਇੰਡਸਟਰੀ ਵਿੱਚ ਤੋਂ ਮੈਂ ਆਪਣੀ ਵਾਈਫ ਨਾਲ ਜੋੜਦਾ ਜੀ ਹਾਂਜੀ ਠੀਕ ਹੈ ਜੀ ਓਕੇ ਚੱਲਦੇ ਆ ਅਗਲੇ ਸੈਗਮੈਂਟ ਤੇ ਕੁਝ ਹੋਰ ਸਵਾਲ ਤੇ ਆਉਣ ਵਾਲੇ ਟਾਈਮ ਵਿੱਚ ਜੇ ਐਮਈ ਵਰਗ ਪੰਜਾਬੀ ਇੰਡਸਟਰੀ ਵਿੱਚ ਕੋਈ ਚੇਂਜ ਲਿਆਣ ਦਾ ਸਾਬੇ ਤੇ ਕੀ ਹੋਊਗਾ ਕੋਈ ਇੱਕ ਐਸੀ ਚੀਜ਼ ਮੈਂ ਟੋ ਲੜ ਗਾਣੇ ਦੁਬਾਰਾ ਲਗਾਉਂਗਾ ਠੀਕ ਹੈ ਫਿਰ ਘਟਦੇ ਜਾ ਰਹੇ ਹਾਂਜੀ ਥੋੜੇ ਜਿਹਾ ਘਟ ਗਏ ਤੇ ਆ ਉਹ ਮੈਂ ਦਾਸ ਕਰਦਾ ਵੇ ਰੁਕੇ ਵੀ ਮੈਂ ਚਲੋ ਮੈਂ ਕਿਸੇ ਨੂੰ ਤਾਂ ਕੀ ਮਤ ਦੇਣੀ ਆ ਵੀ ਮੈਂ ਕਿਸੇ ਕਲਾਕਾਰ ਨੂੰ ਕਹਦਾ ਵੀ ਤੂੰ ਐ ਕਰ ਲਾ ਮੈਂ ਕਲਪਕ ਕਰਦਾਸ ਕਰਦਾ ਵੀ ਉਹਦਾ ਦਾ ਮਿਊਜ਼ਿਕ ਜਿੱਦਾਂ ਜਿਵੇਂ ਹੱਸਦੇ ਹੀ ਰਹਿੰਦੇ ਆ ਨਵਾਂ ਗਾਣਾ ਆਇਆ ਸੀ ਜੀ ਢੋਲ ਵਾਲਾ ਝੂਮਰ ਵਾਲਾ ਉਹਦੇ ਦੀ ਚੀਜ਼ਾਂ ਵਧੀਆ ਲੱਗਦੀਆਂ ਸਟੇਜ ਤੇ ਐਂਡ ਆਫ ਦੀ ਰੇਜ ਨੇ ਮਰਜੀ ਆਪਾਂ ਵੈਸਟਰਨ ਕਰ ਲਈ ਐਂਡ ਆਫ ਦੀ ਨੱਚਣੇ ਤੋਂ ਪਹਿਲਾਂ ਓਕਾ ਦੇ ਆਂਗੇ ਵੀ ਬਣਾ ਸਟੇਜ ਤੇ ਆ ਕੇ ਯਾਰ ਬੋਲਦਾ ਉਹ ਹੀ ਚੱਲਣਾ ਸਟੇਜ ਤੇ ਤਾਂ ਉਹ ਹੀ ਚੀਜ਼ ਚੱਲੇਗੀ ਜੀ 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 ਸੋ ਆਈ ਥਿੰਕ ਨਹੀਂ ਆਬਸਲੀ ਨਵਾਂ ਚੱਲ ਰਿਹਾ ਉਹ ਜੀ ਮੈਂ ਮਾੜਾ ਨਹੀਂ ਕਹੂੰਗਾ ਬਹੁ ਸਾਰੇ ਲੱਗੇ ਆ ਟ੍ਰੈਂਡ ਹੁੰਦਾ ਇੱਕ ਸਮਾਂ ਹੁੰਦਾ ਅਕੋਰਡਿੰਗਲੀ ਚੱਲਦਾ ਮਾਈਟ ਬੀ ਇਦੋਂ ਵੀ ਫਾਸਟ ਜਾਂ ਇਦੋਂ ਵੀ ਜਿਹੜਾ ਅੱਗੇ ਵਾਸ ਚੀਜ਼ਾਂ ਆਉਣਗੀਆਂ ਹਾਂਜੀ ਸੋ ਆਈ ਹੋਪ ਕਿ ਜਿਵੇਂ ਅਸੀਂ ਪੰਗੜੇ ਲੈਣ ਜੀਸਾਂ ਨੇ ਦੁਬਾਰਾ ਵਾਪਸ ਜਿੱਦਾ ਤਾਂ ਅੱਡੀ ਤੁਸੀਂ ਗੱਲ ਕਰਦੇ ਪੇ ਟੋਲ ਵਾਲੇ ਪੰਗੜੇ ਗਾਣੇ ਦੀ ਕਿਤੇ ਨਾ ਕਿਤੇ ਲਾਈਕ ਉਹ ਤਾਂ ਚਲੋ ਇੱਕ ਗੱਲ ਹੈਗੀ ਆ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ ਕਿ ਆ ਆਡੀਅנס ਕਿਤੇ ਨਾ ਕਿਤੇ ਐਮੀ ਵਰਕ ਦੇ ਵੀ ਉਹ ਗਾਣੇ ਮਿਸ ਕਰਦੀ ਹੈ ਜਿੱਦਾਂ ਕਿ ਤੁਸੀਂ ਜਿੰਦਾਬਾਦ ਯਾਰ ਮੈਂ ਤਾਂ ਉਹ ਨਹੀਂ ਗਾਉਣਾ ਮੇਰਾ ਤਾਂ ਇੱਕ ਮੈਂ ਤਾਂ ਕੁਝ ਜਿਹੜੇ ਵੈਸਟਰਨ ਜਿਹੇ ਵੀ ਕੀਤੇ ਆ ਉਹਨਾਂ ਦੇ ਕੋਈ ਬਹੁਤ ਖੈਰ ਇਦਾਂ ਚੱਲਣ ਜਿਹਨਾਂ ਨੇ ਲੱਗੜੇ ਸੀਗੇ ਬਾਕੀ ਸੈਡ Song ਟਾਈਪ ਵਾਲੇ ਮੇਰਾ ਹੁੰਦਾ ਜਿਹੜਾ ਸੈਪਰੇਟ ਉਹ ਜਿਵੇਂ ਤੇਰੀ ਜੱਟੀ ਹੈ ਉਹ ਵੀ ਦੇਸੀ ਜਿਹਾ ਸੀਗਾ ਦਬਦੇ ਨਹੀਂ ਉਹ ਵੀ ਦੇਸੀ ਜਿਹਾ ਸੀਗਾ ਤੇ ਜਿਵੇਂ ਮੈਨੂੰ ਵੀ ਟ੍ਰੇਡ ਜਿਹੇ ਗਾਉਣਾਂ ਜ਼ਿਆਦਾ ਵਧੀਆ ਲੱਗਦਾ ਬਟ ਵਿਦ ਸੁਡੀ ਮੈਂ ਆਡੀਅנס ਉਹ ਵੇਰੀ ਕਰਦੀ ਹੈ ਕਿਤੇ ਤੁਹਾਨੂੰ ਲਾਈਕ ਪੰਜਾਬ ਤੋਂ ਬਾਹਰ ਸੁਣਨ ਵਾਲੇ ਵੀ ਹੁੰਦੇ ਨੇ ਤੂੰ ਟਰਾਈ ਕਰੀ ਦੀ ਵੀ ਉਹਨਾਂ ਨੂੰ ਵੀ ਚੀਜ਼ ਚੰਗੀ ਲੱਗਿਆ ਨਾ ਟੋਰਮੈਂਟਿਕ ਗਾਣੇ ਵੀ ਲੋਕ ਤੇ ਕਾਫੀ ਲੋਕ ਨੇ ਜਿਹੜੇ ਮੇਰੀ ਕਿਸਮਤ ਗਾਣੀ ਕਰਕੇ ਜੁੜੇ ਆ ਜਾਂ ਹੱਥ ਚੁੰਮੇ ਕਰਕੇ ਜੁੜੇ ਆ ਕੌਣ ਹੋਏਗਾ ਕਿਸਮਤ ਮੂਵੀ ਕਰਕੇ ਜੁੜੇ ਆ ਸੋਫਨਾ ਸੋ ਹਰ ਤਰ੍ਹਾਂ ਦੀ ਆਡੀਅנס ਆ ਆਈ ਟ੍ਰਾਈ ਬੀ ਮੈਂ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਕਰਦਾ ਹਾਂ ਜੀ ਜੀ ਬਿਲਕੁਲ ਉਹਦੇ ਤੁਸੀਂ ਕਰਦੇ ਵੀ ਹੋ ਪਰ ਜਿੱਦਾਂ ਤੁਸੀਂ ਆਡੀਅנס ਕਾਫੀ ਚੜਤੋ ਦੇਖ ਰਹੀ ਹੈ ਜਿੱਦਾ ਕਿ ਤੁਸੀਂ ਫਿਲਮਾਂ ਚ ਕਾਫੀ ਵਧੀਆ ਕੰਮ ਕਰ ਰਹੇ ਹੋ ਹੈਨਾ ਪਰ ਕਿਤੇ ਨਾ ਕਿਤੇ ਲੋਕੀ ਗਾਣੇ ਤੁਹਾਡੇ ਮਿਸ ਕਰ ਰਹੇ ਸੋ ਕੀ ਤੁਸੀਂ ਐਕਸਪੈਕਟ ਕਰ ਸਕਦੇ ਐ ਮੀ ਵਿਰਕ ਤੋਂ ਕਿ ਆਉਣ ਵਾਲੇ ਟਾਈਮ ਵਿੱਚ ਕੀ ਜਿੰਦਾਬਾਦ ਯਾਰੀਆਂ ਵਰਗੇ ਉਹ ਗਾਣੇ ਮੁੜ ਕੇ ਲੈ ਕੇ ਆਣ ਕੁਝ ਆਉਣ ਵਾਲੇ ਸਮੇਂ ਸਿਰਫ ਮੈਂ ਗਾਣੇ ਕਰਨੇ ਆਂ ਜੀ ਮੈਂ ਵਿਲੇ ਹੋਣ ਹੋਇਆ ਨਹੀਂ ਮੇ ਖੱਦਲਖਵਾਰੀ ਬੜਾ ਹੋਇਆ ਸੀ ਪਿਛਲੇ ਸਾਲਾਂ ਮੈਂ ਜੀ ਤੇ ਉਹ ਉਲਝਾ ਹੋਇਆ ਸੀ ਥੋੜਾ ਜਿਹਾ ਭਾਈਚਾਰੇ ਜੀ ਤੇ ਉਦੋਂ ਹੁਣ ਵਿਲੇ ਹੋਇਆ ਆਂ Papa ਸੁੱਖ ਰੱਖਿਓ ਹੁਣ ਗਾਣੇ ਕਰਾਂਗੇ ਅੱਗੇ ਚਲੋ ਇਹ ਤਾਂ ਬਹੁਤ ਵਧੀਆ ਗੱਲ ਆ ਸਿੰਗਰ ਜਾਂ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ ਡਾਕਟਰ ਬਾਈ ਮੇਰੇ ਸਾਹਮਣੇ ਤਾਂ ਡਾਕਟਰ ਹੁੰਦਾ ਜੇ ਪਾਸ ਹੋ ਜਾਂਦਾ ਤੇ ਲੇਕਿਨ ਮੈਂ ਬੀਐਸਸੀ ਕਰ ਲਈ ਸੀ ਐਮਐਸਸੀ ਜੋਪਰੇ ਰਹੇ ਜਾਂਦਾ ਕਿ ਪਾਸ ਨੂੰ ਨਾਨ ਪਪਾ ਸੁੱਖ ਰੱਖੇ ਇਲਾਜ ਕਰਦਾ ਤੁਹਾਨੂੰ ਕੰਟੇ ਟੁੱਟਵਾੜ ਕੇ ਵੈਸੇ ਮੈਂ ਬਾਇਓਟੈਕ ਕੀਤੀ ਸੀ ਉਹਦੇ ਚੀਜ਼ੇ ਕੁਝ ਨਹੀਂ ਸੀ ਉਹ ਡੀਐਨਏ ਫੋਰੈਂਸਿਕ ਸੀ ਇਹ ਉਹ ਜੀ ਤੇ ਉਹਦੇ ਵਿੱਚ ਵੀ ਆਰਡੀਐਨਏ ਟੈਸਟ ਕਰ ਲਓ ਕੁਝ ਕਰ ਲਓ ਪਹਿਲਾਂ ਜਿਹੜਾ ਮੇਰਾ ਬੀਸਿਬਲੀ ਮੈਂ ਮੈਂ ਮੈਡੀਕਲ ਤਾਂ ਕੀਤਾ ਸੀਗਾ ਵੀ ਮੈਂ ਵੈਟਰਨਰੀ ਡਾਕਟਰ ਬੰਨਾ ਸੀ ਕਉ ਸਾਡੇ ਡੰਗਰਾਂ ਦਾ ਫਾਰਮ ਹੁੰਦਾ ਸੀ ਮੱਝਾਂ ਵਾਵਾ ਹੁੰਦੀਆਂ ਸੀ ਉਥੋਂ ਡਾਕਟਰ ਆਉਂਦਾ ਰੋਜ਼ 5-4000 ਲੈ ਜਾਂਦਾ ਮੈਂ ਕਹਿੰਦਾ ਇਹਨੂੰ ਤਾਂ ਕਮਾਈ ਬੜੀ ਹੈ ਤੇ ਮੈਂ ਕਹਿੰਦਾ ਡੰਗਰਾਂ ਨਾਲ ਡਾਕਟਰ ਪਾਜਣੇ ਤੇ ਉਦੋਂ ਮੁੜ ਕੇ ਮੈਂ ਜਾਲ ਜੀ ਇੰਡੀਆਲੇ ਚੱਲਿਆ ਕੰਮ ਬਾਹਰ ਕੁੱਤੇ ਬਿੱਲੇ ਬਹੁਤ ਆਦੇ ਲੋਕ ਹਨ ਇੱਥੇ ਆ ਕੇ ਕੁੱਤੇ ਬਿੱਲੇ ਟੀਕੇ ਲਾਉਂਦੇ ਰਹਾਂ ਹਾਂਜੀ ਤੇ ਇੱਥੇ ਬਾਹਰ ਵੈਟਰਨਰੀ ਕੋਈ ਲੋਕਾਂ ਨੂੰ ਬੜਾਣਾ ਤੇ ਬਿੱਲੀਆਂ ਵੀ ਬੜੀਆਂ ਰੱਖੀਆਂ ਲੋਕਾਂ ਕੁੱਤੇ ਵੀ ਬੜੇ ਰੱਖੇ ਮੈਂ ਕਹਾਂ ਉਹਨਾਂ ਢਿਲਮਠ ਹੁੰਦੀ ਰਹਿੰਦੀ ਹੋਣੀ ਉਹਨਾਂ ਦਾ ਟੀਕਾ ਲਈ ਜਾਵਾਂਗਾ ਨਾਲੇ ਮਹਿੰਗੇ ਹੁੰਦੇ ਫਿਰ ਮੇਰੇ ਬੀਡੀ 130 ਰਹਿ ਗਿਆ ਸੀ ਬੀਡੀਐਸ ਚੋੜੇ ਡਿਵੀਜ਼ਨ ਮਿਲਦੀ ਸੀ ਮੈਂ ਪਿੰਡ ਆ ਕੇ ਡਸਰ ਡੈਡੀ ਨੂੰ ਮਗਰ ਡੈਡੀ ਬੀਡੀਐਸ ਐਡਮਿਸ਼ਨ ਮਿਲਦੀ ਆ ਆਹਦਾ ਕੀ ਬਣੇਗਾ ਉਹ ਕਰਕੇ ਮਗਰ ਡੈਡੀ ਦੰਦਾਂ ਦਾ ਡਾਕਟਰ ਮੋਂਦਾ ਦਫਾ ਕਰਾਂਵੇਂ ਲੋਕਾਂ ਨੇ ਮੂੰਹ ਝਾਤ ਜੇ ਮਰੀਆਂ ਨੇ ਹੋਰ ਕਰ ਲੈ ਕੁਝ ਤੂੰ ਜਿਹੜਾ ਪਰ ਮੈਂ ਕੀਤਾ ਉਹਦਾ ਮੈਨੂੰ ਨਹੀਂ ਪਤਾ ਲੱਗਿਆ ਉਹ ਬਣ ਕੇ ਉਹ ਕਰਕੇ ਕੀ ਬੰਨਾ ਸੀ ਬੀਐਸੀ ਕਰਕੇ ਖਰੇ ਕੀ ਬੰਨਾ ਮੈਂ ਬਾਕੀ ਜੋ ਮਰਜ਼ੀ ਸੋਚੀ ਜਾਓ ਜੀ ਅਕਾਲਪੁਰ ਕਣ ਮੇਰ ਕੀਤੀ ਭਰਾ ਤੁਹਾਡਾ ਸੁਪਰਸਟਾਰਾ ਚੜਦੇ ਖਲਾ ਆਨੰਦ ਮੋ ਖੁਸ਼ ਰੋ ਓਕੇ ਆਮ ਤੌਰ ਤੇ ਜਿੱਦਾਂ ਸੈੱਟ ਤੇ ਹੁੰਦਾ ਆ ਕਿ ਅ ਕਈ ਵਾਰ ਰੋਲਾ ਹੁੰਦਾ ਆ ਕਿ ਹਾਲ ਟਾਈਮ ਹੀ ਨਦਰ ਦਿੱਤਾ ਉਹ ਤੁਸੀਂ ਮੈਂ ਇਹ ਸਭ ਤੋਂ ਲੇਟ ਆਉਂਦਾ ਹਾਂ ਹੋਰ ਦੱਸੋ ਹਾਂਜੀ ਮੈਂ ਸਵਾਲ ਪੁੱਛਣਾ ਸੀ ਪਰ ਤੁਸੀਂ ਜਵਾਬ ਪਹਿਲਾਂ ਹੀ ਦੇ ਦਿੱਤਾ ਤੇ ਟਾਈਮ ਤੇ ਕੌਣ ਪਹੁੰਚਦਾ ਸੀ ਫਿਰ ਟਾਈਮ ਤੇ ਸਾਰੇ ਟਾਈਮ ਤੇ ਆਉਂਦੇ ਮੈਂ ਹੀ ਇਕੱਲਾ ਹੁੰਦਾ ਸੀ ਮੈਂ ਤੇ ਮਤਲਬ ਚਲੋ ਮੈਂ ਪਹਿਲੇ ਦੋ ਤਿੰਨ ਦਿਨ ਲੇਟ ਗਿਆ ਤੇ ਮੇਨੂੰ ਭਾਈ ਨੇ ਮੇਰੇ ਮੂੰਹ 'ਚ ਦੇਖਿਆ ਵੀ ਇਹ ਸਾ ਟਾਈਮ ਤੇ ਆਉਂਦਾ ਹੀ ਨਹੀਂ ਹੈ ਨਾ ਤੇ ਅਗਲੇ ਦਿਨ ਤੋਂ ਭਾਜੀ ਮੈਨੂੰ ਕਹਿੰਦੇ ਕਿੰਨੇ ਵਜੇ ਆਏਗਾ ਮੈਂ ਕਿਹਾ ਭਾਜੀ 12 ਵਜੇ ਠੀਕ ਹੈ ਲੋਕੋ ਨਦਰ ਲਗਾ ਮੈਂ ਦੱਸਦੀ ਮੈਂ ਕਿਹਾ ਠੀਕ ਭਾਜੀ ਪਰ ਵਾਦੇ ਭਾਜੀ ਬਰਾਬਰ ਆਉਦੇ ਸੀ ਠੀਕ ਉਹ ਪਤਾ ਨਹੀਂ ਪਰ ਆਪਣੀ ਚਲੋ ਵੇ ਉਹਦੇ ਮਦੜ ਕੇ 7 ਵਜੇ ਵੀ ਆਇਆ ਦਾ ਜ ਦੁਪਹਿਰ 12 ਵਜੇ ਵੀ ਆਇਆ ਤੇ ਉਹ ਦਿਨ ਪੰਜਾਈ ਲੱਗੇ ਆਪਾਂ ਆਪਣਾ ਕੰਮ ਨਬੀਟ ਦਿੱਤਾ ਸੀ ਆਗੇ ਨਾ ਆਪਾਂ ਮਾਲਕ ਦੀ ਮਿਹਰ ਲੋਨ ਰਿਅਸਰ ਕਰਨ ਦੀ ਲੋੜ ਪੈਂਦੀ ਸੀ ਕਿਉਂਕਿ ਬਹੁਤ ਸਿੰਪਲ ਜਿਹਾ ਕਰੈਕਟਰ ਹੈ ਕੋਈ ਨਾ ਐਕਸਾਰਡਨਰੀ ਦਾ ਐਨੀਅਰ ਇਸ ਵਿੱਚ ਕਿਹੜਾ ਆਪਾਂ ਕੁੜੀਆਂ ਭਜਾਉਣੀਆਂ ਜਾਂ ਕੁਝ ਕਰਨਾ ਨਾ ਸੋ ਇਹ ਬਹੁਤ ਸਿੰਪਲ ਜੀ ਫਿਲਮ ਸੀ ਸਾਰੇ ਵਾਸਤੇ ਸਾਰੇ ਬੋਦਾ ਇਹ ਸਾਰੇ ਆਬਵੀਅਸਲੀ ਗ੍ਰੇਟ ਐਕਟਰਸ ਨਾ ਜੀ ਤੇ ਇਹ ਚ ਜ਼ਿਆਦਾ ਮਿਹਨਤ ਨਹੀਂ ਕਰਨ ਦੀ ਲੋੜ ਪਈ ਸੋ ਐਸ ਯੂਅਲ ਮੈ ਲੇਟੀ ਹੁੰਦਾ ਸੀਗਾ ਠੀਕ ਹੈ ਜੀ ਤੇ ਇੱਕ ਜਿੱਦਾਂ ਮੈਂ ਪ੍ਰੋਮੋਸ਼ਨਸ ਦੇ ਵਿੱਚ ਵੀ ਦੇਖਿਆ ਹਨਾ ਜਿੱਦਾਂ ਤੁਸੀਂ ਬਿੰਨੂ ਜੀ ਨਾਲ ਕਾਫੀ ਚਿਹਰਵਾਦ ਕੰਮ ਕੀਤਾ ਹਨਾ ਤੇ ਲਾਈਕ ਇੱਕ ਉਹ ਫਨ ਵੀ ਬਹੁਤ ਸੀਗਾ ਤੁਹਾਡੇ ਪ੍ਰੋਮੋਸ਼ਨਸ ਵਿੱਚ ਵੀ ਈਵਨ ਟ੍ਰੇਲਰ ਵਿੱਚ ਵੀ ਦੇਖਦਾ ਆ ਹਨਾ ਤੇ ਕੋਈ ਇਦਾਂ ਦੀ ਯਾਦਗਾਰ ਕੋਈ ਇਦਾਂ ਦਾ ਸੈਟ ਤੇ ਵਾਪਰਿਆ ਹੋਈ ਕੋਈ ਚੀਜ਼ ਜਿਹੜੀ ਤੁਹਾਨੂੰ ਅੱਜ ਵੀ ਇਕੱਲੇ ਬੈਠੇ ਹੋਏ ਤੇ ਯਾਦ ਕਰੋ ਤੇ ਹੱਸ ਆ ਜਾਂਦਾ ਕੋਈ ਇਦਾਂ ਦਾ ਕਿੱਸਾ ਕੋਈ ਸ਼ੇਅਰ ਕਰਨਾ ਚਾਹੁੰਦੇ ਛੋਟੀਆਂ ਛੋਟੀਆਂ ਚੀਜ਼ਾਂ ਸੀਗੀਆਂ ਅਸੇ ਦਾ ਮਤਲਬ ਕਿਤੇ ਭੱਲਾ ਤਾਂ ਉਹਨੇ ਕੋਈ ਸਾਹਮਣੇ ਜੋਕ ਮਾਰਿਆ ਜਿਵੇਂ ਬੀਨੂ ਭਾਈ ਨਾਲੇ ਤਾਂ ਲੁੱਕ ਵੀ ਮਿਲਾਉਣੀ ਤੇ ਸੱਸ ਪੈਂਦੇ ਹੁੰਦੇ ਸੀ ਜੀ ਸੋ ਵੀ ਇੱਕ ਮੋੜਾ ਸਾਡਾ ਤਾਂ ਬਹੁਤ ਲਿਟਰਲੀ ਇੱਕ ਭਾਈ ਦਾ ਡਾਇਲੋਗ ਆਊਗਾ ਫਿਲਮ ਦੇ ਵਿੱਚ ਤੇ ਉਹ outro ਨਾ ਮੈਂ ਰਿਮਾਈਂਡ ਕਰਵਾਉਂਗਾ ਜਦੋਂ ਤੁਸੀਂ ਫਿਲਮ ਦੇਖੋਗੇ ਜੀ ਤੇ ਉਹ ਪਾਗਲਪੁਰਨਾ ਦੀ ਹੱਦ ਵਾਲਾ ਡਾਇਲੋਗ ਹੈ ਕਿ ਪਾਗਲਪੁਰਨਾ ਕਿੱਥੋਂ ਤੱਕ ਜਾ ਸਕਦਾ ਹਾਂਜੀ ਤੇ ਬਾਕੀ ਲਿਟਰਲੀ ਜਦੋਂ ਫਿਲਮ ਦਾ ਸਾਡਾ ਪੈਕ ਅਪ ਹੁੰਦਾ ਸੀ 9 ਵਜੇ 10 ਵਜੇ ਅਸੀਂ 12 12 ਵਜੇ ਇਕ 1 ਵਜੇ ਸੱਕ ਬੈਠੇ ਰਹਿੰਦੇ ਸੀ ਵੈਨਿਟੀ ਵੈਨ ਚੀ ਇੱਕ ਦਿਨ ਲੱਗਿਆ ਰਹਿੰਦਾ ਸੀ ਜੀ 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 ਹੋਰ ਕੀ ਕਹਿੰਦੇ ਸੀ ਤੁਹਾਨੂੰ ਪਤਾ ਲੱਗਿਆ ਜੀ ਦਾ ਕੁਲਚੇ ਬਹੁਤ ਖਾਂਦੇ ਸੀ ਕੁਲਚੇ ਬੋਲ ਚੱਲੇ ਹਾਂਜੀ ਉਹ ਪ੍ਰਵਾਨੀ ਬਾਪੇ ਦੀ ਗਰਪਨਾ ਚੜਕੇ ਬੀਨ ਭਾਈ ਨੇ ਕਹਿ ਕਹਿੰਦਾ ਤੂੰ ਸੋਨਾ ਬੋਲ ਲੱਗਿਆ ਤਾ ਫਿਲਮ ਦੇ ਵਿੱਚ ਮੈਨੂੰ ਕਹਿੰਦੇ ਮੈਂ ਕਿਹਾ ਅੱਛਾ ਇਹ ਕਹਦਾ ਕੋਈ ਨਹੀਂ ਗਾਲੇ ਫਿਲਮਾਂ ਪਾ ਕੁਝ ਚੀਜ਼ਾਂ ਬਣਾਉਣੀਆਂ ਮੈਂ ਕਿਹਾ ਧੰਨ ਭਾਈ ਨੰਦ ਆ ਜਾਊਗਾ ਆਪਾਂ ਸੋਕਰ ਕੇ ਭਾਈ ਬਹੁਤ ਡਾਈਟ ਕੌਂਸ਼ੀਅਸ ਨੇ ਨਾ ਉਹ ਖਾਂਦੇ ਨਹੀਂ ਕੋਈ ਜੀ ਜੀ ਤੇ ਉਦੋਂ ਪੈਰੇ ਮਾਵਾ ਦੀ ਦਾਲ ਵੀ ਨਹੀਂ ਖਾਂਦੇ ਉਹਦੇ ਯੈਲੋ ਦਾਲ ਵਾਲੇ ਵਿਚਾਰੇ ਯਾ ਮਤਲਬ ਥੋੜੇ ਰਾਈਸ ਖਾਲੇ ਬਹੁਤ ਮਤਲਬ ਫਿਟਨੈਸ ਫਰੀਕ ਨੇ ਤੇ ਜੀ ਵੋਕੋ ਸਿੱਖਦੇ ਆ ਉਹਨਾਂ ਤੋਂ ਪਰ ਪਤਾ ਲੱਗਿਆ ਕਿ ਤੁਸੀਂ ਵੀ ਬਾਕੀਆਂ ਨੂੰ ਖਵਾ ਕੇ ਆਪ ਕਹਿੰਦੇ ਮੈਂ ਉੱਪਰਾਂ ਜਾ ਕੇ ਖਾਂ ਮੈਂ ਤਾਂ ਇੱਥੇ ਖਵਾ ਲਉਂਦੀ ਆ ਢਿੱਡ ਦੇ ਵੇਖੋ ਕਿੱਥੇ ਜਾ ਰਹੇ ਆ ਮੈਂ ਆ ਸ਼ਾਲ ਜਾ ਢਿੱਡਲ ਕੋਲ ਨੂੰ ਰੱਖਿਆ ਪਰ ਕੋਈ ਨਹੀਂ ਮੈਂ ਪਰਸੇ ਉਹ ਤੇ ਪਿੰਡ ਗਈ ਮੰਮੀ ਕੋ ਹਾਂਜੀ ਤੇ ਮੰਮੀ ਨੇ ਖਵਾ ਕੇ ਰੋਟੀ ਰੋਟੀ ਖਵਾਈਆਂ ਪਹਿਲ ਨੂੰ ਚਾਹ ਪਿਆਈ ਦੁੱਧ ਪਿਆ ਕਾੜ ਨਹੀਂ ਆਣਾ ਤੇ ਪਿਆ ਕੇ ਤੇ ਢਿੱਡ ਤੇ ਲੱਗ ਹੁਣ ਮੇਰਾ ਪੁੱਤਰ ਸੋਹਣਾ ਲੱਗਦਾ ਬਾ ਚੱਲ ਠੀਕ ਐ ਤੂੰ ਹਰੀ ਕੰਢੀ ਦੇਤੀ ਆਪਾਂ ਲੈਣਾ ਕੀ ਕਹਤ ਹੁਣ ਕੋਈ ਪਰਵਾਹ ਨਹੀਂ ਮੰਮੀ ਨੂੰ ਸੋਹਣੇ ਲੱਗ ਰਹੇ ਆ ਈਜ਼ੀ ਹੋ ਜੋ ਜੀ ਜੀ ਚਲੋ ਆਪਾਂ ਵਾਧਦੇ ਆ ਅਗਲੇ ਸੈਗਮੈਂਟ ਵੱਲ ਮ ਸੋ ਆਪਾਂ ਕੁਝ ਪਰਚੀਆਂ ਪੜਾ ਕੇ ਰੱਖੀਆਂ ਇਸ ਬੋਲ ਦੇ ਵਿੱਚ ਤੁਹਾਡੇ ਵਾਸਤੇ ਜੀ ਉਹਨਾਂ ਵਿੱਚ ਕੁਝ ਅੱਖਰ ਲਿਖੇ ਨੇ ਸੋ ਤੁਸੀਂ ਉਹ ਪਰਚੀ ਚੱਕਣੀ ਆ ਤੇ ਉਹਦੇ ਉੱਤੇ ਕੁਝ ਲਾਈਨਾਂ ਸਾਨੂੰ ਕਾ ਕੇ ਸੁਣਾਉਣੀਆਂ 100% ਅੱਛਾ ਉਹਦੇ ਉੱਤੇ ਗਾ ਕੇ ਸੁਣਾਉਣੀਆਂ ਮੇਰੇ ਗਾਣੇ ਆ ਗਾਣੀ ਨਹੀਂ ਆ ਤੁਸੀਂ ਕੁਝ ਵੀ ਦੋ ਲਾਈਨਾਂ ਉੱਤੇ ਸੁਣਾ ਸਕਦੇ ਹੋ ਕੁਝ ਵੀ ਉਹਨਾਂ ਨੂੰ ਬੋਲ ਜੋੜ ਸਕਦੇ ਹੋ ਉਹਨਾਂ ਨਾਲ ਜੀ ਸੋ ਸ਼ੁਰੂ ਕਰੀਏ ਸ਼ੁਰੂ ਜੀ ਹੋਰ ਰੱਖ ਦਿਓ ਤੇ ਮੈਂ ਚੁੱਕ ਲਾਂਗੀ ਈਜ਼ੀ ਹੋ ਗਈ ਠੀਕ ਹੈ ਸੋ ਹਾਂ ਜੀ ਪਲੀਜ਼ ਮਨਨ ਬੜਾ ਨਾ ਚਲਾ ਹੁੰਦਾ ਸੀ ਕਿ ਗਾਣੇ ਇਦਾਂ ਦੇਤੇ ਪਰ ਆਇਆ ਪਟੋਲਾ ਹੰਪਾ ਬੋਲੀ ਸੋਹਣ ਆਵੇ ਚੱਟੀ ਨੱਚਦੀ ਪਟੋਲਾ ਬਣ ਕੇ ਤੇਰੇ ਪੈਲਾਂ ਪਾਉਂਦੀ ਦੇ ਬਾਹੇ ਰੰਗਲਾ ਚੂੜਾ ਛਣਕੇ ਹੰਪਾ ਬੋਲੀ ਸੋਹਣ ਆਵੇ ਚੱਟੀ ਨੱਚਦੀ ਪਟੋਲਾ ਬਣ ਕੇ ਕੀ ਬਾਤ ਹੈ ਜੀ ਸੇ ਚੱਲਦੀਆਂ ਸਾਰੀਆਂ ਚੱਕਣੀਆਂ ਆਪਾਂ ਆਪਾਂ ਸਿਰਫ ਪੰਜ ਚੱਕਣੀਆਂ ਆ ਸੋ ਇਹਨਾਂ ਨੂੰ ਘੁਮਾ ਦਿੰਨੇ ਥੋੜਾ ਜਿਹਾ ਸਕੂਟੀ ਹਾਂਜੀ ਉਹ ਵੀ ਤੋਦਾਂ ਬੜਾ ਇਨਸੀਡੈਂਟ ਆਉਂਦਾ ਯਾਦ ਤੋਂ ਨੰਬਾਈਵਾਦਾ ਅੱਛਾ ਜੀ ਜੇ ਮਜ ਜਾਣ ਗੀਆਂ ਫਿੱਟ ਰਹਿਣ ਗੀਆਂ ਸੋਹਣੇ ਸੂਟ ਪਾਉਣੇ ਸੋਹਣੇ ਡਰੈਸਾਂ ਪਾਉਣੀਆਂ ਇਹਨਾਂ ਨੇ ਨਾਸ ਕਲਾਸ ਜਾਣਾ ਹਨਾ ਰੀਲਾ ਪਾਉਣੀਆਂ ਸਦੋ ਮੋਸ਼ਨ ਵਾਲੀਆਂ ਸਕੂਟਰੀ ਨਹੀਂ ਸਿੱਖਦੀਆਂ ਮਰਦੀਆਂ ਕੋਈਆਂ ਨੂੰ ਨਹੀਂ ਆਉਂਦੀ ਵਿੱਚ ਮਗੜ ਬੈਕ ਡਰ ਲਾਦਾ ਹੁਣ ਜਦੋਂ ਸਰਗੁਨ ਨੇ ਮਗਰ ਬੈਠਾ ਮੈਂ ਕਿਸੇ ਫਿਲਮ ਚ ਉਹ ਕਹਿੰਦੀ ਮੈਂ ਅੱਜ ਇਸ ਕੀ ਮਗਾ ਯਾਰ ਤੇਰਾ ਭਲਾ ਹੋ ਜੇ ਸਰਗੁੰਦੇਸ ਅਸੋਨਮ ਦੇ ਸੱਟ ਲੱਗੀ ਜੀ ਜਦੋਂ ਆ ਲਿਟਰਲੀ ਥੈਂਕ ਗॉड ਸ਼ੀਜ਼ ਡੇਰਿੰਗਸਟ ਆਫ ਮਾਈ ਵੀ ਉਹਨ ਚਲੋ ਪੰਜ ਮਿੰਟਾਂ ਬਾਅਦ ਤੇ ਬਾਬਾ ਸੁਖ ਰੱਖੇ ਤੇ ਉਹਨੇ ਮਤਲਬ ਸਾਡੀ ਫਿਲਮ ਚ ਜਲਦੀ ਸੀ ਪਵਾੜਾ ਜੀ ਉਹਦੇ ਜਦੋਂ ਸਕੂਟਰੀ ਵਾਲਾ ਸੀਨ ਸੀ ਤੇ ਉਹ ਨਹੀਂ ਸਮਝ ਆਈ ਉਹਨੇ ਰੇਜ ਦੇਦੀ ਜਾ ਕੇ ਸਿੱਧੀ ਦਰਖਤ ਚ ਵੱਜੀ ਸੱਜੇ ਬੰਨੇ ਕੰਡੇ ਵਾਲੀ ਤਾਰ ਸੀ ਚਲੋ ਫਿਰ ਵੀ ਉੱਥੇ ਦਰਖਤ ਚ ਵੱਜ ਗਈ ਉੱਥੇ ਡੇਪੀ ਤੇ ਬਚਾਅ ਹੋ ਗਿਆ ਇਨ ਲੈਫਟ ਸਾਈਡ ਵੱਡਾ ਸੀਗਾ ਹਾਈਵੇ ਉੱਥੇ ਜਾਣਾ ਇਹਨੇ ਉਹਨੇ ਗੱਡੀ ਗੱਡੀ ਲੱਗੇ ਤੇ ਉੱਥੋਂ ਤੇ ਫਿਰ ਕਿੱਥੇ ਬੰਨੀਆਂ ਬਰਮਾਨੀਆਂ ਹਾਂਜੀ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਜਾ ਸਕੂਟੀ ਸਿੱਖੋ ਕੋ ਗੱਡੀ ਸਿੱਖੋ ਸੋਨੂੰ ਕੋਈ ਜੇ ਮੈਨੂੰ ਅੱਧਾ ਘੇੜਾ ਘੱਟ ਦੇ ਲੈ ਕਿਤੇ ਨਹੀਂ ਕੁਝ ਉਹ ਚੱਲਾ ਤੂੰ ਜਾ ਕੇ ਸਕੂਟਰ ਸਕਟਰੀ ਸਿੱਖ ਮਰੇ ਜੀ ਵੈਸੇ ਤੁਸੀਂ ਫਿਲਮ ਚ ਵੀ ਵੈਸੇ ਸਕੂਟੀ ਰੱਖੀ ਆ ਮੈਨੂੰ ਲੱਗਦਾ ਪਹਿਲੇ ਗੱਡੀ ਬਾਅਦ ਆਉਂਦੀ ਆ ਕਿਹੜੇ ਇਹਦੇ ਚ ਹਾਂਜੀ ਸਾਈਕਲ ਜੀ ਪਹਿਲਾਂ ਸਾਈਕਲ ਆ ਆ ਗਿਆ ਜੀ ਫਾਫੇ ਕੁੱਟਣੀ ਹਾਂਜੀ ਫਾਫੇ ਕੁੱਟਣੀ ਅੱਛਾ ਫਾਫੇ ਕੁੱਟਣੀ ਉਹਦੇ ਉੱਤੋਂ ਨੀ ਪਿੰਡਾਂ 'ਚ ਹੁੰਦੀਆਂ ਚਾਚੀਆਂ ਦੀਆਂ ਆਂਦੀਆਂ ਜਿਹੜੀਆਂ ਮੰਮੀ ਮਾਦੀ ਰਹੀ ਨੇ ਹਾਂਜੀ ਉਹ ਕਿੱਟਣ ਦਾ ਇਹ ਗਾਣੇ ਚ ਤਾਂ ਕੇਸ ਬਸ ਰਲਦਾ ਨਹੀਂ ਹੈਗਾ ਇਹਦਾ ਕੰਮ ਚਲੋ ਦੋ ਲਾਈਨਾਂ ਬਣਾ ਸਕਦੇ ਸੀ ਜਾਂ ਕੋਈ ਇਦਾਂ ਹੀ ਲਾਈਨਸ ਹੋ ਸਕਦੀਆਂ ਤਾਂ ਉਹ ਕਿੱਟਣੀ ਮਤਲਬ ਮੈਂ ਅੱਜ ਤੱਕ ਸਮਝ ਵੀ ਨਹੀਂ ਆਉਣਾ ਫਰ ਬੈਠਣ ਦਾ ਬਸ ਕਿੱਟਣੀ ਹੁੰਦਾ ਕੀ ਆ ਮੈਂ ਵੀ ਜਿਹੜਾ ਲੱਛਣ ਚ ਕਰਦੇ ਰਹਿੰਦੇ ਨੇ ਲੈਣ ਦੇਣਾਂ ਨੇ ਉਹਦੀ ਗੱਲ ਉੱਧਰ ਉਹਦੀ ਗੱਲ ਉੱਧਰ ਆਪਣੀ ਮੰਮੀ ਨੇ ਜਾਣ ਫੱਬੇ ਕਿੱਟਣੀ ਇਹ ਨਾਲ ਤੇ ਸੋ ਕੁੱਲ ਮਲਾ ਕੇ ਜ਼ੀਰੋ ਨੰਬਰ ਹੁੰਦਾ ਫੱਬੇ ਕਿੱਟਣੀ ਮਤਲਬ ਇਹ ਤਾਂ ਜੇ ਕੋਈ ਉਹ ਵੇਦੇ ਤੋਂ ਸਰਵਿਸ ਨਾਲ ਨਾਲ ਚਾਹੀਦੀ ਹੈ ਇਹ ਜੰਦਿਆਂ ਦੀ ਕਿਉਂਕਿ ਬਹੁਤ ਘਰਾਂ ਦੇ ਵਿੱਚ 파ੜੇ ਪਾਉਂਦੇ ਆ ਫਫੇ ਕੁੱਟਣੀਆਂ ਜੀ ਤੇ ਮੋਸਟਲੀ ਜਿਹੜੇ ਮਤਲਬ ਸ਼ਕਲ ਦੇ ਕੁਝ ਹੋਰ ਹੁੰਦੇ ਆ ਕਰਦੇ ਕੁਝ ਹੋਰ ਆ ਉਹੀ ਨਹੀਂ ਕਰੀਣ ਲੈਣੇ ਲੈ ਰਕਤਾ ਉਹੀ ਡਰਾਮੇ 'ਚ ਕਰੀ ਜਾਂਦੇ ਮੁੰਡੇ ਵੀ ਹੁੰਦੇ ਆ ਕਈ ਫਫੇ ਕੁੱਟਣੇ ਕੁੜੀਆਂ ਵੀ ਹੁੰਦੀਆਂ ਸੋ ਇਹਨਾਂ ਦਾ ਆਪਾਂ ਕੀ ਹੁਣ ਇਹਨਾਂ ਦੀ ਡਿਸਕਸ਼ਨ ਵੀ ਕੀ ਕਰਨੀ ਆਪਾਂ ਫਫੇ ਕੁੱਟਣੀਆਂ ਚਲੋ ਠੀਕ ਆ ਅਗਲੀ ਡਿਸਕਸ਼ਨ ਨਹੀਂ ਡਿਸਰਵ ਕਰਦੀ ਆਪਾਂ ਫਫੇ ਕੁੱਟਣੀਆਂ ਚਲੋ ਜਾਣ ਦੋ ਇਹਨਾਂ ਨੂੰ ਚਮਕ ਚਲੋ ਮੇਰੀ ਨਵੀਂ ਸੇਲੀ ਨਵਾਂ ਹੀ ਡਰਾਮਾ ਲੈ ਲਓ ਕਹਿੰਦੀ ਵਿੱਚ ਕੇ ਬੋਲਟ ਤੁਸੀਂ ਆ ਮਲਾ ਲਓ ਉਹ ਕਹਿੰਦੀ ਆਈ ਡੋਂਟ ਲਾਈਕ ਇਹ ਦੁੱਦੀ ਵਾਲੀ ਬਾਈਕ ਇਹ ਕਿਹੋ ਜਿਹੀ ਗੱਲ ਮੂੰਹ ਕੱਢਦੀ ਬੋਲਟ ਕੋਲ ਰੱਖ ਲਿਆ ਜੀ ਆ ਪਛਮ ਕੇ ਛਲੋ ਯਾਰ ਛੱਡਦੀ ਇਹ ਸਿਰਫ ਗਾਣਾ ਨਾ ਮੈਂ ਛੱਡਾਂ ਨਾ ਮੈਂ ਤੁਹਾਨੂੰ ਤਵਾ ਦਵਾਂ ਗਾਂ ਕੋਲਟ ਕੋਲ ਰੱਖ ਕੇ ਬੋਲਟ ਨੇ ਤੁਹਾਡੇ ਨਾਲ ਸੌਣਾ ਰਾਤ ਨੂੰ ਯਾਰ ਜਾਈ ਵੀਰ ਆਪਦਾ ਵੇਖੋ ਠੀਕ ਹੈ ਨਾ ਚਲੋ ਇਹ ਤਾਂ ਹੋ ਗਿਆ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਸੋ ਇੱਥੇ ਆਪਾਂ ਇਹ ਵਾਲਾ ਸੈਗਮੈਂਟ ਖਤਮ ਕਰਦੇ ਹਾਂ ਜੀ ਜੀ ਤੇ ਬਾਕੀ ਤੁਸੀਂ ਸਾਰਿਆਂ ਨੂੰ ਜਾ ਕੇ ਫਿਲਮ ਦੇਖਣੀ ਆ ਤੇ ਉੱਥੇ ਜਾ ਕੇ ਪਤਾ ਕਰਕੇ ਦੱਸਣਾ ਹੈ ਕਿ ਗੱਡੀ ਕਾਤੋਂ ਛਲਾਂਗਾ ਮਾਰਦੀ ਸੀ ਓਕੇ ਜੀ ਥੈਂਕ ਯੂ ਸਸ਼िकांत ਥੈਂਕ ਯੂ